ਕੇਂਦਰ ਸਰਕਾਰ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਤੋਂ ਲੈ ਕੇ ਅੰਦੋਲਨ ਨੂੰ ਫੇੜ ਕਰਨ ਦਾ ਹਰ ਹੱਥ ਕੰਡਾ ਆਪਣਾ ਚੁੱਕੀ ਹੈ ਪਰ ਸਭ ਵਿਅਰਥ ਹੋਣ ਤੋਂ ਬਾਅਦ ਹੁਣ ਇਸ ਅੰਦੋਲਨ ਨੂੰ ਹਮਾਇਤ ਦੇ ਰਹੇ ਆੜਤੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ ਹੈ ਸਰਕਾਰ ਤੇ ਇਲਜ਼ਾਮ ਲਾਏ ਜਾ ਰਹੇ ਹਨ ਕਿ ਉਹ ਆਪਣੀਆਂ ਏਜੰਸੀਆਂ ਦਾ ਇਸਤੇਮਾਲ ਕਰ ਕਿਸਾਨਾਂ ਨੂੰ ਵਿੱਤੀ ਜਾਂ ਹੋਰ ਤਰੀਕੇ ਹਮਾਇਤ ਦੇ ਰਹੇ ਲੋਕਾਂ ਨੂੰ ਛਾਪੇ ਮਾਰ ਕੇ ਜੁਰਮਾਨੇ ਕਰਕੇ ਡਰਾ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਆੜਤੀਆਂ ਤੇ ਆਮਦਨ ਕਰ ਮਹਿਕਮੇ ਵੱਲੋਂ ਛਾਪੇ ਮਾਰੀਆਂ ਦਾ ਦੌਰ ਤੇਜ਼ ਹੋਇਆ ਹੈ ਪਰ ਪੰਜਾਬ ਦੇ ਆੜਤੀਆਂ ਦੇ ਇਹ ਸਰਕਾਰ ਦੀ ਇਸ ਤੱਕੇਸ਼ਾਹੀ ਦੇ ਖਿਲਾਫ ਮੈਦਾਨ ਵਿੱਚ ਖੁੱਲਕੇ ਨਤਰਾਈ ਹਨ ਚਾਰ ਦਿਨਾਂ ਲਈ ਇਸ ਦਾ ਵਿਰੋਧ ਕਰਦਿਆਂ ਮੰਡੀਆਂ ਮੁਕੰਮਲ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਬੇਬਜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਉਹਨਾਂ ਨੇ ਐਲਾਨ ਕੀਤਾ ਹੈ ਕਿ 22 ਤੋਂ 25 ਦਸੰਬਰ ਤੱਕ ਮੰਡੀਆਂ ਮੁਕੰਮਲ ਬੰਦ ਰੱਖੀਆਂ ਜਾਣਗੀਆਂ ਪੰਜਾਬ ਦੇ ਆਰਤੀਆ ਸੰਗ ਨੂੰ ਕੱਲ ਮਿਤੀ 22/12 ਤੋਂ ਲੈ ਕੇ 25/12 ਤੱਕ ਮੁਕੰਮਲ ਹੜਤਾਲ ਤੇ ਹੈ ਇਹਦੇ ਵਿੱਚ ਸਾਡੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ ਤੇ ਅਸੀਂ ਕਿਸਾਨਾਂ ਨੂੰ ਵੀ ਅਪੀਲ ਕਰਦੇ ਹਾਂ ਵੀਰ 4 ਦਿਨ ਆ 22 23 24 25 ਆਪਦੀਆਂ ਫਸਲਾਂ ਮੰਡੀਆਂ ਚ ਲੈ ਕੇ ਲਾਉਣ ਾਂਗੂ ਉੱਪਰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਚਾਰ ਦਿਨ ਕੋਈ ਵਿਕਰੀ ਨਹੀਂ ਹੋਣੀ ਕਿਸੇ ਚੀਜ਼ ਦੀ। ਅਸਲ ਵਿੱਚ ਬਠਿੰਡਾ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਬੱਬੂ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਆਇਕਰ ਵਿਭਾਗ ਤੋਂ ਕਰਵਾਈ ਜਾ ਰਹੀ ਛਾਪੇਮਾਰੀ ਦਾ ਉਹ ਪੂਰਜਰ ਵਿਰੋਧ ਕਰਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੁਆਰਾ ਇਸੇ ਤਰ੍ਹਾਂ ਬਦਲਾ ਲੈਣ ਦੀ ਨੀਤੀ ਨਾਲ ਕਿਸਾਨਾਂ ਤੇ ਅਤਿਆਚਾਰ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ। ਆਰਤੀਆ ਵੱਲੋਂ ਕਿਸਾਨਾਂ ਤੋਂ ਅਪੀਲ ਕੀਤੀ ਗਈ ਕਿ ਉਹ ਚਾਰ ਦਿਨ ਆਪਣੀ ਫਸਲ ਮੰਡੀਆਂ ਵਿੱਚ ਨਾ ਲੈ ਕੇ ਆਉਣ। ਚਾਰ ਦਿਨ ਤੱਕ ਮੰਡੀ ਮੁਕੰਮਲ ਤੌਰ ਤੇ ਬੰਦ ਰੱਖੀ ਜਾ ਬੇਗੀ ਸੁਖਮਾਰਾ ਕੋਲਾ ਵਾਈਸ ਚੇਅਰਮੈਨ ਮਾਰਜਮੇਟੇ ਬਠਿੰਡਾ ਜੋ ਕਿਸਾਨੀ ਦੇ ਖਿਲਾਫ ਕੇਂਦਰ ਸਰਕਾਰ ਨੇ ਬਿੱਲ ਲਿਆਂਦੇ ਆ ਇਸ ਦੇ ਖਿਲਾਫ ਜੋ ਕਿਸਾਨੀ ਦਾ ਧਰਨਾ ਚੱਲ ਰਿਹਾ ਉਸ ਦੇ ਸਬੰਧ ਵਿੱਚ ਸਾਡੀ ਆੜਤੀ ਐਸੋਸੀਏਸ਼ਨ ਨੇ ਉਹਨਾਂ ਨੂੰ ਸਮਰਥਨ ਦਿੱਤਾ ਹੋਇਆ ਹੈ ਜੋ ਮੋਦੀ ਸਰਕਾਰ ਇੱਕ ਲੋਕਤੰਤਰ ਦਾ ਘਾਣ ਕਰ ਰਹੀ ਆ ਉਸ ਦੇ ਵਿੱਚ ਅਸੀਂ ਬਹੁਤ ਜਿਆਦਾ ਨਿਖੇਦੀ ਕਰਦੇ ਇਹਨਾਂ ਦੀ ਜੋ ਇੱਕ ਡੈਮੋਕ੍ਰੇਸੀ ਦੇ ਨਿਯਮਾਂ ਕਿਸੇ ਨੂੰ ਵਿਰੋਧ ਕਰਨ ਦਾ ਕੋਈ ਅਧਿਕਾਰ ਆ ਉਹ ਅਧਿਕਾਰ ਹੋ ਰਹੀ ਆ ਇਹ ਇੰਡੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਸਰਕਾਰ ਕੁਝ ਸੈਂਟਰ ਦੀਆਂ ਏਜੰਸੀਆਂ ਤੋਂ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਆ ਇਸ ਦੇ ਸ਼ਬਦਾਂ ਵਿੱਚ ਨਖੇਦੀ ਕਰਦੇ ਅਸੀਂ ਜਿਉ ਕਿਸਾਨਾਂ ਨੂੰ ਦੋ ਦਿਨ ਚੱਲ ਰਿਹਾ ਹੈ ਅਸੀਂ ਆਰਟੀਆ ਐਸੋਸੀਏਸ਼ਨ ਪੰਜਾਬ ਨੇ ਫੈਸਲਾ ਕੀਤਾ ਵੀ ਉਹਨਾਂ ਦਾ ਸਮਰਥਨ ਕਰਨਾ ਹੈ ਇਸ ਦੇ ਵਿਰੋਧ ਦੇ ਵਿੱਚ ਕੇਂਦਰ ਸਰਕਾਰ ਆਰਟੀਆ ਤੇ ਤਸ਼ੱਦਦ ਕਰਦੀ ਹੈ ਤੇ ਇਨਕਮਪਲੈਕਸ ਦੇ ਛਾਪੇ ਆਰਟੀਆ ਦੇ ਮਾਰੇ ਜਾ ਰਹੇ ਆ ਇਹਦੀ ਸਿਨਿੰਦਾ ਕਰਦੇ ਆ ਤੇ ਕੇਂਦਰ ਸਰਕਾਰ ਦੀ ਨਾਕਾਮੀ ਸਮਝਦੇ ਆ ਜੋ ਬਖਲਾ ਕੇ ਇਹ ਕਦਮ ਚੱਕ ਰਹੀ ਹੈ ਜ਼ਿਕਰ ਇਹ ਖਾਸ ਹੈ ਕਿ ਕਿਸਾਨਾ ਦੇਸ਼ ਸੰਘਰਸ਼ ਨੂੰ ਆੜਤੀਆਂ ਦੀ ਵੱਡੀ ਹਮਾਇਤ ਹੈ ਜਦੋਂ ਭਾਜਪਾ ਦੇ ਕੁਝ ਆਗੂ ਕਿਸਾਨੀ ਸੰਘਰਸ਼ ਪਿੱਛੇ ਵਿਚੋਲੀਆਂ ਦੇ ਹੋਣ ਦੇ ਇਲਜ਼ਾਮ ਲਾਉਂਦੇ ਸਨ ਤਾਂ ਉਸ ਵੇਲੇ ਵੀ ਪੰਜਾਬ ਦੇ ਆੜਤੀਆਂ ਨੇ ਇਸ ਸਰਕਾਰੀ ਭੰਡੀ ਪ੍ਰਚਾਰ ਦਾ ਵਿਰੋਧ ਕੀਤਾ ਸੀ ਪਰ ਹੁਣੇ ਵੇਖਣ ਵਿੱਚ ਆਇਆ ਹੈ ਕਿ ਸਰਕਾਰ ਕਿਸਾਨੀ ਸੰਘਰਸ਼ ਨਾਲ ਆੜਤੀਆਂ ਦੀ ਹਮਾਇਤ ਤੋੜਨ ਦੇ ਲਈ ਇਹ ਹੱਤਕੰਡੇ ਅਪਣਾ ਰਹੀ ਹੈ ਕਿ ਆੜਤੀਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਵਧੀ ਹੈ ਆਮਦਨ ਕਰ ਵਿਭਾਗ ਵੱਲੋਂ ਕੀਤੀ ਜਾ ਰਹੀਆਂ ਇਨ੍ਹਾਂ ਕਾਰਵਾਈਆਂ ਖਿਲਾਫ ਕਿਸਾਨ ਜਥੇਬੰਦੀਆਂ ਨੇ ਵੀ ਸਵਾਲ ਚੁੱਕੇ ਹਨ ਅਤੇ ਸਖਤ ਲਹਿਜੇ ਵਿੱਚ ਇਸ ਦੀ ਨਿੰਦਾ ਕਰਦੇ ਸਰਕਾਰੀ ਦਫ਼ਤਰਾਂ ਨੂੰ ਘੇਰਨ ਦਾ ਐਲਾਨ ਕੀਤਾ ਹੈ ਇਸ ਦਰਮਿਆਨ ਬਠਿੰਡਾ ਦੀ ਆੜਤੀਆ ਐਸੋਸੀਏਸ਼ਨ ਨੇ ਸਾਂਝੇ ਤੌਰ ਤੇ ਐਲਾਨ ਕਰ ਦਿੱਤਾ ਹੈ ਕਿ ਉਹ ਚਾਰ ਦਿਨ ਮੰਡੀ ਬੰਦ ਰੱਖ ਕੇ ਆਪਣਾ ਰੋਸ ਜ਼ਾਹਰ ਕਰਨਗੇ ਉਹਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਾਥ ਦੇਣ ਅਤੇ ਚਾਰ ਦਿਨ ਆਪਣੀ ਫਸਲ ਮੰਡੀ ਵਿੱਚ ਨਾ ਲੈ ਕੇ ਆਉਣ ਚਾਰ ਦਿਨਾਂ ਤੱਕ ਮੰਡੀ ਮੁਕੰਮਲ ਬੰਦ ਰਹੇਗੀ ਅਸਲ ਵਿੱਚ ਕਿਸਾਨ ਅੰਦੋਲਨ ਜਿਸ ਹੱਦ ਤੱਕ ਪਹੁੰਚ ਚੁੱਕਾ ਹੈ ਉਸ ਦਰਮਿਆਨ ਸਰਕਾਰ ਦੇ ਹੌਸਲੇ ਪਸ ਤੋਂ ਲੱਗੇ ਹਨ ਸਰਕਾਰ ਨੂੰ ਉਮੀਦ ਹੈ ਕਿ ਅੰਦੋਲਨ ਸਮੇਂ ਦੇ ਨਾਲ ਖਿੰਡਰ ਜਾਵੇਗਾ ਪਰ ਹੋਇਆ ਇਸ ਤੇ ਬਿਲਕੁਲ ਉਲਟ ਹੈ ਜਿਵੇਂ-ਜਿਵੇਂ ਦਿਨ ਬੀਤ ਰਹੇ ਹਨ ਇਹ ਸੰਘਰਸ਼ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ ਹੋਰ ਤੇਜ਼ ਹੋ ਰਿਹਾ ਹੈ ਪਰ ਇਸ ਦਰਮਿਆਨ ਸਰਕਾਰ ਨੇ ਪਹਿਲਾਂ 26 27 ਨਵੰਬਰ ਨੂੰ ਦਿੱਲੀ ਵੱਲ ਵੱਧੇ ਕਿਸਾਨਾਂ ਨੂੰ ਰੋਕਣ ਲਈ ਸਖਤੀ ਵਰਤੀ ਕਿਸਾਨ ਸਾਰੀਆਂ ਰੋਕਾਂ ਤੋੜ ਦੇ ਦਿੱਲੀ ਪਹੁੰਚੇ ਫਿਰ ਸਰਕਾਰ ਵੱਲੋਂ ਇਸ ਅੰਦੋਲਨ ਨੂੰ ਬਦਨਾਮ ਕਰਨ ਦਾ ਤਰੀਕਾ ਵਰਤਿਆ ਗਿਆ ਇਸ ਨੂੰ ਖਾਲਸਤਾਨੀ ਆਤਵਾਦੀ ਚੀਨ ਤੋਂ ਸਮਰਥਤ ਨਕਸਲੀ ਹੋਣ ਦਾ ਪ੍ਰਚਾਰਿਆ ਗਿਆ ਇਲਜ਼ਾਮ ਸਰਕਾਰ ਤੇ ਉਸ ਵੇਲੇ ਲੱਗੇ ਪਰ ਸਰਕਾਰ ਦੇ ਸਾਰੇ ਦਾਅ ਖੁੰਡੇ ਪਏ ਤਾਂ ਹੁਣ ਕਿਸਾਨਾਂ ਦੀ ਹਮਾਇਤ ਤੋੜਨ ਦੇ ਲਈ ਉਹ ਵੱਖ-ਵੱਖ ਅਖਬਾਰਾਂ ਤੇ ਕਾਰਵਾਈ ਤੇਜ ਕਰ ਰਹੀ ਹੈ ਇਹ ਇਲਜ਼ਾਮ ਹੁਣ ਸਰਕਾਰ ਤੇ ਲੱਗ ਰਹੇ ਨੇ ਜੋ ਕਿਸਾਨਾਂ ਨੂੰ ਹਮਾਇਤ ਦੇ ਰਹੇ ਹਨ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਇਸ ਦਰਮਿਆਨ ਆੜਤੀਆਂ ਉੱਪਰ ਕੀਤੀ ਜਾ ਰਹੀ ਇਸ ਕਾਰਵਾਈ ਦਾ ਤਿੱਖਾ ਵਿਰੋਧ ਹੋਣ ਲੱਗਾ ਹੈ ਬਠਿੰਡਾ ਵਿੱਚੋਂ ਸਿੱਖ ਨਿਊਜ਼ ਐਕਸਪ੍ਰੈਸ ਦੇ ਲਈ ਅਮਨਦੀਪ ਗੋਸਲ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ